ਜਿਹੜੀਆਂ ਟੀਮਾਂ ਖੇਡ ਰਹੀਆਂ ਜਿਨ੍ਹਾਂ ਨੇ ਰੇਡ ਪਾਉਣੀ ਆ ਕਿਰਪਾ ਕਰਕੇ ਖਿਡਾਰੀ ਬਾਕਸ ਦੇ ਅੰਦਰ ਰਹਿਣ ਜੀ। ਛੇਵੀਂ ਹਦਾਇਤ ਕਿਸੇ ਨੇ ਵੀ ਕੱਪੜੇ ਮੈਦਾਨ ਦੇ ਵਿੱਚ ਨਹੀਂ ਤਾਰਨੇ। ਸੱਤਵੀਂ ਹਦਾਇਤ ਕਿਸੇ ਵੀ ਖਿਡਾਰੀ ਨੇ ਵਾਰਮ ਅਪ ਗਰਾਊਂਡ ਦੇ ਵਿੱਚ ਨਹੀਂ ਹੋਣਾ। ਇਹ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਗੱਲਾਂ ਨੂੰ ਕਿਰਪਾ ਕਰਕੇ ਧਿਆਨ ਵਿੱਚ ਰੱਖਿਆ ਜਾਵੇ ਜੀ। ਅਗਲੀ ਗੱਲ ਜਿਹੜੀ ਅਹਿਮ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਯਾਰ ਪਾਸੋਂ ਗੱਲ ਕਰ ਅਗਲੀ ਗੱਲ ਕਿਸੇ ਨੇ ਵੀ ਜੋ ਕਮੈਂਟੇਟਰ ਨੂੰ ਪੈਸੇ ਦੇਣੇ ਆ ਮੇਰੇ ਸਾਰੇ ਜਿਹਨੇ ਸਾਥੀ ਮੋਜੇ ਸਾਥੀ ਬੈਠੇ ਆ ਉਹ ਕਿਰਪਾ ਕਰਕੇ ਸਿੱਧੇ ਕਮੈਂਟੇਟਰ ਨੂੰ ਪੈਸੇ ਨਹੀਂ ਜਾਣੇ ਚਾਹੀਦੇ ਜੀ। ਉਹ ਸਾਡੇ ਕੋਲ ਪੈਸੇ ਆਉਣ ਅਸੀਂ ਕਮੈਂਟੇਟਰ ਦੀ ਇੱਥੋਂ ਅਨਾਊਂਸਮੈਂਟ ਕਰਾਂਗੇ ਵੀ ਆ ਕਾਕਾ ਅਮਨਾ ਗੱਜਰ ਵਾਲੇ 100 ਰੁਪਇਆ ਭਾਈ ਸਾਹਿਬ ਦਿੰਦੇ ਆ ਜਾਂ 100 ਰੁਪਇਆ ਸਿਰਾਜ ਜਗਰਾਜ ਸਿੰਘ ਦਿੰਦੇ ਆ ਜਾਂ 100 ਰੁਪਇਆ ਸਾਡਾ ਹੋਰ ਕੋਈ ਸਾਥੀ ਦਿੰਦਾ। ਉਹ ਕਿਰਪਾ ਕਰਕੇ ਸਾਡੇ ਕੋਲ ਪੈਸੇ ਪਹੁੰਚਣੇ ਚਾਹੀਦੇ ਆ ਜੀ। ਅਗਲੀ ਇੱਕ ਹੋਰ ਜਿਹੜੀ ਅਹਿਮ ਜਿਹੜੀ ਮੇਰੀ ਬੇਨਤੀ ਆ ਕਿ ਕਿਸੇ ਨੇ ਵੀ ਜੋ ਖਿਡਾਰੀ ਨੂੰ ਇਨਾਮ ਦੇਣੇ ਆ ਉਹ ਵੀ ਕਿਰਪਾ ਕਰਕੇ ਸਾਡੇ ਕੋਲ ਪਹੁੰਚਣ ਜੀ। ਅਗਲੀ ਜਿਹੜੀ ਖਾਸ ਗੱਲ ਆ ਵੀ ਇੱਥੋਂ ਬੁਲਾ ਦਿੰਦੇ ਆ ਵੀ ਮੇਰਾ ਹਰੇਕ ਪੁਆਇੰਟ 'ਤੇ 500 ਰੁਪਇਆ ਜੀ, ਪਰ ਸਾਡੇ ਕੋਲ ਉਹ ਰੁਪਇਆ ਕੋਈ ਨਹੀਂ ਪਹੁੰਚਦਾ। ਰਾਜਕੋਟ ਕੋਲ ਦੀ ਟੀਮ ਸਾਡੇ ਕੋਲ ਇੱਥੇ ਰੌਲਾ ਪਾਉਂਦੀ ਸੀ ਇਸ ਲਈ ਸਾਨੂੰ ਪੈਸੇ ਦਿਓ, ਪਰ ਉਹ ਪਤਾ ਨਹੀਂ ਕਿਹੜਾ ਸਾਥੀ 'ਚ ਅਨਾਊਂਸ ਕਰਾਤਾ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਆਇਆ। ਕਿਰਪਾ ਕਰਕੇ ਸਾਡੇ ਕੋਲੋਂ ਕੈਸ਼ ਜਮ੍ਹਾਂ ਕਰਾਓ ਜੀ, ਅਸੀਂ ਤੁਹਾਡਾ ਮਾਣ ਸਤਿਕਾਰ ਪੂਰਾ ਕਰਾਂਗੇ, ਤੁਹਾਡਾ ਨਾਂ ਬੋਲਾਂਗੇ, ਇੱਕ ਵਾਰੀ ਬੋਲਾਂਗੇ, ਦੋ ਵਾਰੀ ਬੋਲਣ ਦੀ ਕੋਸ਼ਿਸ਼ ਕਰਾਂਗੇ ਜੀ। ਓਕੇ ਜੀ ਮਸਤ ਜੀ ਲਾ ਪਾਈ ਕਬੱਡੀ। ਜਿਹੜੇ ਸਾਡੇ ਇੱਥੇ ਦਰਸ਼ਕ ਵੀਰ ਆਉਂਦੇ ਆ ਉਹ ਕਿਰਪਾ ਕਰਕੇ ਸਾਡੇ ਸਿਕਿਉਰਿਟੀ ਵਾਲੇ ਜਾਂ ਪੰਜਾਬ ਪੁਲਿਸ ਵਾਲੇ ਇੱਧਰ ਲੱਗੇ ਆ ਉਹਨਾਂ ਨੂੰ ਪਾਸ ਵਿਖਾਉਣ ਦੀ ਖੇਚਲ ਕਰਨ ਜੀ। ਜੇ ਤੁਹਾਡੇ ਕੋਲ ਪਾਸ ਨਹੀਂ ਫਰਜ਼ ਕਰੋ ਅਸੀਂ ਨਹੀਂ ਜਾਰੀ ਕੀਤੇ ਤਾਂ ਸਾਡੇ ਨਾਲ ਸੰਪਰਕ ਕਰਕੇ ਤੁਹਾਨੂੰ ਅਸੀਂ ਪਿਆਰ ਨਾਲ ਲਿਆਵਾਂਗੇ। ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ ਜੀ। ਲਾ ਸਾਹਮਣੇ ਮੇਹਰ ਸਿੰਘ ਵਾਲੇ ਦੀ ਤਰਫੋਂ ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ। ਹਾਂਜੀ ਲਾ ਪੁਆਇੰਟ ਬੰਟੀ ਡਾਲਾ ਜੀ ਕਿੱਧਰ ਹੈ ਪੁਆਇੰਟ ਰੇਟਰ ਦਾ ਮੇਹਰ ਸਿੰਘ ਵਾਲੇ ਪਿੰਡ ਦੀ ਟੀਮ ਦਾ। ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਦਰਸ਼ਕ ਵੀਰਿਓ ਨੌਜਵਾਨ ਗੱਭਰੂ ਵਾਧਾ ਹੋਇਆ। ਲਾਓ ਦੇਖਦੇ ਵੀ ਕਕਨਾ ਚਾਰ ਜਾਫੀ ਆ ਮੇਹਰ ਸਿੰਘ ਵਾਲੀਏ ਗੋਪੀ ਖੇਡਿਆ ਮੇਰੇ ਵੀਰਿਓ ਕਹਿੰਦੇ ਪਿੰਡਾਂ ਦੇ ਹੀਰੇ ਦੀ ਟੀਮ ਲਈ। ਔਰ ਆਹ ਗੱਭਰੂ ਮੇਹਰ ਸਿੰਘ ਵਾਲੇ ਦੀ ਧਰਤੀ ਦਾ ਲੱਖਾ ਤੇ ਪੁਆਇੰਟ ਕਕਨਾ ਨੌਜਵਾਨ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਇੰਦਗੜ੍ਹ ਤੇ ਡਗੋਰ ਮਾਣੇ ਦੀਆਂ ਟੀਮਾਂ ਖੇਡ ਮੈਦਾਨ ਦੇ ਵੱਲ ਨੂੰ ਪੁੱਜੀਆਂ ਇੰਦਗੜ੍ਹ ਤੇ ਡਗੋਰ ਮਾਣਾ। ਲਓ ਸਾਧੂ ਵਾਲੇ ਪਿੰਡ ਦਾ ਗਗਨਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਪਿੰਡਰਾ ਪਿੰਡ ਦੇ ਕਿ ਪਿੰਡਰਾ ਪਿੰਡ ਦਾ ਬੰਤਾ ਵੀ ਜਦੋਂ ਕੌਡੀ ਪਾਉਂਦਾ ਸੀ ਮਾਣ ਸੀ ਬੜਾ ਜਵਾਨੀ ਦਾ ਲੱਤ ਆਪ ਫੜਾਉਂਦਾ ਸੀ। ਬਿੱਲਾ ਤੇ ਸੀਰਾ ਵੀ ਰੇਟਰ ਬੈਸਟ ਕਹਾਏ ਨੇ ਗੁੱਟ ਫੜ ਜਾਫੀ ਕਹਿਲੇ ਨੇ ਵੀ ਬਹੁਤ ਘੁਮਾਏ ਨੇ ਲੰਘਿਆਣੀਆਂ ਜੋਧਾ ਲਿਖੇ ਨਚੋੜ ਕਬੱਡੀ ਦੇ ਏਣ ਮੁੱਲੇ ਹੀਰੇ ਬਾਬੇ ਬੋੜ ਕਬੱਡੀ ਦੇ ਏਣ ਮੁੱਲੇ ਹੀਰੇ ਬਾਬੇ ਬੋੜ ਕਬੱਡੀ ਦੇ ਪਿੰਡਰਾਂ ਦੀ ਧਰਤੀ ਦਾ ਹਰਪ੍ਰੀਤ ਸਿੰਘ ਖੰਨਾ ਕਬੱਡੀ ਪਾ ਰਿਹਾ। ਦੋਨੋਂ ਵੀਰ ਇੱਕੋ ਟੀਮ ਲਈ ਖੇਡੇ ਮੇਰੇ ਵੀਰੋ। ਲਓ ਜਿੱਥੇ ਦੇਖਦਾ ਵੀ ਹੀਰਾ ਪਿੰਡ ਅਲਬਰਟਾ ਦੀ ਉਹ ਸਤਿਕਾਰਯੋਗ ਸ਼ਖਸੀਅਤ ਹੈ। ਲਓ ਉਸੇ ਪਿੰਡ ਦਾ ਆਹ ਗੱਭਰੂ ਖੰਨਾ ਪਿੰਡਰਾਂ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਲੰਘਿਆਣੀਆਂ ਗੁਰਜੀਤ ਬੰਟੀ ਡਾਲੇ ਵਾਲਾ ਜਸਵੀਰ ਮਹਿਣਾ ਜੀ ਦੀਨਾ ਕਾਂਗੜ ਦੀ ਧਰਤੀ ਦਾ ਸੁਖਦੇਵ ਫੈਸਲੇ ਕਰ ਰਹੇ ਨੇ ਇਹਨਾਂ ਪੁਆਇੰਟਾਂ ਦੇ। ਚਾਰ ਜਾਫੀ ਗੋਲਡੀ ਬੱਬੂ ਮਲਕੀਤ ਤੇ ਰਾਜੂ ਚਾਰੇ ਜਾਫੀਆਂ ਦੀ ਘੁੰਮਦੀ ਹੋਈ ਕਤਾਰ ਕਿ ਮਿਹਨਤਾਂ ਦੀ ਅੱਗ ਵਿੱਚ ਪੈਂਦਾ ਸੜਨਾ ਗਹਿਣੇ ਵਾਂਗੂ ਪੈਂਦਾ ਹੈ ਸਰੀਰ ਘੜਨਾ ਖੂਨ ਤੇ ਪਸੀਨਾ ਜੋਧਿਆ ਇੱਕ ਕਰਕੇ। ਹਾਂਜੀ ਡਾਕਟਰ ਲਖਵਿੰਦਰ ਸਿੰਘ ਜੀ ਪੰਜਾਬ ਸਵੀਟ ਹਾਊਸ ਗੁਰਪ੍ਰੀਤ ਸਿੰਘ ਠੇਕੇਦਾਰ ਹੈ ਸਾਨੂੰ ਮਿਲਣ ਜਿਨ੍ਹਾਂ ਦਾ ਮਾਣ ਸਨਮਾਨ ਕਰਨਾ ਰੇ ਪੱਤੀ ਵਾਲੇ ਡਾਕਟਰ ਲਖਵਿੰਦਰ ਸਿੰਘ ਪੰਜਾਬ ਸਵੀਟ ਹਾਊਸ ਗੁਰਪ੍ਰੀਤ ਠੇਕੇਦਾਰ। ਹੈਲੋ 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 ਲਓ ਸਾਹਮਣੇ ਫੇਰ ਦੇਖਦਾ ਵੀ ਨੌਜਵਾਨ ਗੱਭਰੂ ਕਕਨਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਨੇ ਮੇਹਰ ਸਿੰਘ ਵਾਲੀਏ ਤੇ ਨੌਜਵਾਨ ਗੱਭਰੂ ਐਸ ਦੇਖਦਾ ਵੀ ਕੰਨੀ ਵਾਲੇ ਨੌਜਵਾਨ ਨੇ ਕੀਤੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਜਿੱਥੇ ਮੇਰੇ ਵੀਰੋ ਜ਼ੋਰ ਪੰਜਾਬ ਦਾ ਟੀ ਵੀ ਸ਼ੋਅ ਜਿਹੜਾ ਪੀ ਟੀ ਸੀ ਚੈਨਲ ਦੇ ਉੱਪਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਅਗਵਾਈ ਦੇ ਹੇਠ ਅਗਲੇ ਮਹੀਨੇ ਜਿਹੜਾ ਤੁਹਾਡੀ ਨਜ਼ਰ ਹੋਵੇਗਾ ਜਿੱਥੇ ਪੰਜਾਬ ਦੇ 12 ਜ਼ਿਲ੍ਹਿਆਂ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਨੇ। ਇਹਨਾਂ ਟੀਮਾਂ ਦੇ ਵਿੱਚ ਕਹਿੰਦੇ ਇੱਕ ਟੀਮ ਜਿਹੜੀ ਮੋਗੇ ਜ਼ਿਲ੍ਹੇ ਦੀ ਹੈ ਜਿਹਦਾ ਨਾਂ ਜਿਹੜਾ ਮੋਗਾ ਸਟਾਰ ਹੈ ਤੇ ਇਸ ਟੀਮ ਦੇ ਜਿਹੜੇ ਕੈਪਟਨ ਨੇ ਪਿੰਦਾ ਗਿੱਲ ਚੂੜਚੱਕ। ਇਸ ਟੀਮ ਦੇ ਵਿੱਚ ਜਿਹੜੇ ਕੁੱਲ 12 ਖਿਡਾਰੀ ਨੇ
जिन्हों के दो खिलाड़ी जो डरोली भाई देने साढ़े वीर मनप्रीत सिंह जी वाइस कैप्टन ने नाल गुरजंट ते कुलदीप सिंह जी संघा इस टीम के कोच ने जोर पंजाब का टीवी शो जिहड़ा पीटीसी चैनल के उपर अगले महीने तुहाडी नज़र होगा। एक बार मुबारकबाद समुचे क्लब नूं समुचे नगर नूं है साढ़े वीर मनप्रीत उन्हां नूं मेरे वीरो जिहड़े इस शो दे विच हिस्सा लै रहे ने। हेलो अवन एक मिनट आई मेरे कोल आवाज ठीक करो यार इहदी कौन होगी आवाज कुटी जी गई आवाज यार पता नहीं की हो गया। हेलो हेलो होर खोल दे थोड़ी जी। हेलो 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 हाँ भाई लखा जड़ा है किड़ी टीम खेलता जी मेहर सिंह वाले मेहर सिंह वाले टीम का लखा जिन्हें पॉइंट लवेगा निछत्र सिंह जी कनेडा वाले हर पॉइंट का जी 500 रुपया साढ़े को भी पैसे उन्होंने पहुंच गया साथी पैसे ले खड़ा सो इस तरह ही तुम ये साढ़े नियमों की पालना करते रहना। इंदगढ़ के डगोर माणे पिंड दीम अगले मैच पुजन लो घगना बड्डू वाली है नौजवान गभरू कबड्डी पा रहा है पिंडर के लिए लंबा समा खेडता आ रहा है गभरू तो पॉइंट अपनी टीम के हिस्से जुड़ चुका है। लाओ साधु वाले पिंड का गगन कदे जोगे वाली है गगन की कबड्डी की गल करा इंदगढ़ीए बगीचे भरावान वाला प्यार उस गभरू का लाओ सामभी हुई जवानी सिखी भी सामभी है तो पिंडर वाले चरने की कबड्डी का वारस देखते भी गोल्डी पिंडर की धरती का मार दौ ताड़िया दर्शक भीरियो इस गभरू के बाप ने भी तगड़ी कबड्डी खेडी है कि प्यो पर पूत नसल पर घोड़ा बहुता नहीं तो थोड़ा थोड़ा बहुता नहीं तो थोड़ा थोड़ा लो जफा लगन वाली गल होगी समय की होनी गल मेरे वीरियो तीन सकिंटा चो कुछ पल बीते ने कुछ बाकी ने तो मुंडा खिंची जाता है। वाह वाह वा, नौजवान पॉइंट जोड़ा ऐस रेडर के हिस्से है अगली कबड्डी पिंडर के हरप्रीत सिंह खाने की कि मेहनत की अग में पैंता सड़ना गहने वागू पैंता है शरीर घड़ना खून से पसीना जोधा एक करके ग्राउंड में जाके दमदार बनना साना वागू भिड़के बगाने पोता ना सौखा नहीं कबड्डी का स्टार बनना साना वागू भिड़के बगाने पोता ना सौखा नहीं कबड्डी का स्टार बनना। दोनों खिलाड़ी एको टीम लिए खेडे पिंडर के हीरे की टीम लिए खेडे दोनों वीर अलवर्टा फेडरेशन लिए खेडे साढ़े कमेटी मैंबर जगरूप सिंह जी जिते असी टीमों मतलब किराया देना तो अपने गुरजीत सिंह सहयोग देना उत्थे बैजो स्टेज गुरजीत सिंह जी आ जगरूप सिंह तुसीं नाल रखना ठीक है आउंदे पॉइंट जिहड़ा इस वक्त रेडर के हिस्से जुड़ चुके हैं अगली कबड्डी पाउण दे लई फिर नौजवान गभरू मेहर सिंह वाले की धरती का वाधा होया चार जाफी बब्बू गोल्डी मलकीत ते राजू चारां दे विचों देखांगे किहड़ा नौजवान लावेगा जफा गल समय की है लो मलकीत पिंडरां दा बजी हुई पुश ते पॉइंट जिहड़ा इस वक्त जाफी ने अपनी टीम के हिस्से जोड़ दिता है कि सुक्कियां रोटियां खा के नहीं जान पैंदी देसी घिओ दे परौंठे खाई दे ने जेकर डौलिया पट्टां दे विच जान होवे ते कपड़े फेर मैदान विच लाई दे ने खन्ना गोल्डी ते गोगा तिने पिंडरां दे यही दुनिया के विच सलाई दे ने मेरे वीर कहंदे ने नीने होनी मोगे जिले चो डरोली भाई दे ने लकना पिंडर पिंड का कबड्डी पा रहा है अगला मैच इंदगढ़ ते डगोर माणे दा होवेगा लाओ सामने पई हुई कबड्डी ते टच जिहड़ा गुरप्रीत नूं कीता है मेरे वीर पॉइंट रेडर के हिस्से जुड़ चुके हैं कहंदे भी जीरे के कबड्डी कप ते गुरप्रीत नूं भी बुलट मिलिया ते अगली कबड्डी पाउण दे लई देखांगे लाओ साधु वाले पिंड का गगन वाधा होया लंघिया ने पिंड का गुरजीत और दूजे पासे डाले पिंड का बंटी फैसले कर रहे हैं इन्हां पॉइंटां दे मैणे पिंड का जसवीर दीना कांगड़ का सुखदेव खोसे पांडो का जीता नाल बूटा मंसूर वालिया सारे वीरां दा धन्नवाद है। लाओ पई हुई कबड्डी खेड मैदान दे विच राजू पिंडर नाल टच होया पर टच इस वक्त डबल हो चुका है टैक्नीकल पॉइंट जिहड़ा रेडर के हिस्से दे विच जुड़दा होया अगली कबड्डी पाउण दे लई फिर नौजवान गभरू वाधा होया रमणा पिंडर की धरती का पिछले बारे बाबा दामू शाह जी कबड्डी कप लोहारे की धरती से इस गभरू ने तगड़िया कबड्डिया पाइया बेस्ट रेडर आया मेरे वीर उस कबड्डी कप का रमणा पिंडर पिंड का चरने पिंडर के दो सपुत्र कबड्डी खेडते हैं ला गोल्डी का छोटा वीर राजू साडा कमेटी मैंबर जिते कि मेरी आवाज सुनता मेरे स्टेज से रिपोर्ट करे भी राजू अली जीत सिंह केवल सिंह हाँ जी नछत्र सिंह साहापति वाला जो कनेडा रहिंदे ने उस वल्लों लखे रूह हरेक पॉइंट ते 500 रुपया जी हरेक पॉइंट ते नछत्र सिंह साहापति वाले नंबरदार जिहड़े सुखो दे लड़के ने
हरेक पॉइंट से लखे नूं 500 रुपया दिता जाऊगा जी नछत्र सिंह वल्लों। अली कित्थे आ भी आओ पुलिस कर्मचारी भी एक मेरे को आओ भी साथियों पुलिस कर्मचारी मेरे को आओ एक जना। हाँ जी मास्टर जी एक मिनट दिओ जी सानू पिंडरां दे पॉइंट ने जी इस वक्त साढ़े पंद्रह साढ़े पंद्रह पॉइंट ने पिंडरां दे ते मेयर सिंह वाले दे पॉइंट ने सत्त। इस मैच चो मनप्रीत भाई नोट कर ली पिंडर कलां जित चुकी है इंदगढ़ ते डगोर माणा दोनों टीमां जिहड़ियां सेंटर लाइन दे उपर आ जाण। सरदार मोहन सिंह दा पुत इंदगढ़ दी धरती दा निंदर ते मलकीत सिंह दे सपुत्तर दी गल करांगे। बड़े अफसोस दी गल आ सानू दिसी जांदा ली पास किवें सड़दे आ हुण आही रोकांगे इहनां नूं असीं हुण रोकांगे। वेखो तुसीं पास सिटी जांदे आ जिन्हां ने 10-15 हज़ार जां 20 हज़ार 50 हज़ार तक दित्ते आ बड़े अफसोस दी गल आ यार असीं उहनां वास्ते कुर्सियां दा इंतजाम कीता ਸਾਡੇ ਸਾਹਮਣੇ ਤੁਸੀਂ ਪਾਸ ਸਿੱਟੀ ਜਾਂਦੇ ਉੱਤੋਂ ਕਰੋ ਚੈੱਕ ਜੀ ਚਲੋ ਪੁਲਿਸ ਕਰਮਚਾਰੀ ਚਲੇ ਜਾਣ ਜੀ ਕਿਸੇ ਨਾਲ ਲਿਹਾਜ਼ ਨਹੀਂ ਕਰਨਾ ਕੋਈ ਭਾਵੇਂ ਮੇਰਾ ਰਿਸ਼ਤੇਦਾਰ ਵੀ ਹੈਗਾ। ਹਾਂਜੀ ਚਲੋ ਜੀ ਚਲੋ ਉੱਤੇ ਹਾਂ ਚਲੋ ਨਾਲ ਚਲੋ ਸਾਡੇ ਸਾਥੀ। ਹਾਂਜੀ ਇਸ ਤੋਂ ਅਗਲੇ ਮੈਚ ਲਈ ਲੋਪੋ ਤੇ ਨੰਗਲ ਪਹੁੰਚੇ ਹਨ। ਲੋਪੋ ਤੇ ਨੰਗਲ ਦੋਨੋਂ ਹੀ ਪਹੁੰਚ ਜਾਣ ਜੀ ਪੁਲਿਸ ਕਰਮਚਾਰੀ ਚਲੇ ਜਾਣ ਜੀ ਨਾਲ ਫਟਾਫਟ। ਹਾਂ ਸਾਡੇ ਸਾਥੀ ਵੀ ਰਾਜੂ ਸੁਖਦੇਵ ਸਿੰਘ ਗੋਲੂ ਜੀਤ ਤੇ ਅਲੀ ਫੌਜੀ ਸਾਹਿਬ ਚਲੋ ਚਾਰੇ ਚਾਰ ਨਾਲ ਚਲੋ ਪਲੀਜ਼ ਕਰਮਚਾਰੀਆਂ ਦੇ। ਬਾਈ ਜੀ ਡੱਗੋ ਰਮਾਣੇ ਦੀ ਟੀਮ ਨਹੀਂ ਪਹੁੰਚੀ ਗਰਾਊਂਡ 'ਚ ਇੰਦਗੜ੍ਹ ਦੀ ਟੀਮ ਪਹੁੰਚ ਗਈ। ਡੱਗੋ ਰਮਾਣੇ ਦੀ ਟੀਮ ਆਓ ਜੀ ਇਸ ਤੋਂ ਬਾਅਦ ਲੋਪੋ ਅਤੇ ਨੰਗਲ ਤਿਆਰੀ ਫੜ ਲੈਣ। ਇੰਦਗੜ੍ਹ ਦੀ ਟੀਮ ਪਹੁੰਚ ਗਈ ਹੈ ਡੱਗੋ ਰਮਾਣਾ ਆ ਜਾਓ ਮੇਰੇ ਵੀਰ। ਡੱਗੋ ਰਮਾਣੇ ਦੀ ਟੀਮ ਆ ਗਏ ਨੇ ਧਰਮਿੰਦਰ ਹੋਣੀ ਸਤਨਾਮ ਸ਼ਰਨ ਡੱਗੋ ਰਮਾਣੇ ਦਾ ਦੁਨੀਆਂ ਦੇ ਟੌਪ ਦੇ ਜਾ ਖਿਡਾਰੀ ਜਿਹੜੇ ਮੇਰੇ ਵੀਰ ਦੁਨੀਆਂ ਦੇ ਹੀਰੇ ਕਬੱਡੀ ਦੇ ਖਿਡਾਰੀ ਪੁੱਜ ਚੁੱਕੇ ਨੇ। ਹੈਲੋ ਜੀ ਹੈਲੋ ਇੱਕ ਮਿੰਟ ਖਾਸ ਹਦਾਇਤਾਂ ਬਈ ਪਲੀਜ਼ ਇੱਕ ਮਿੰਟ ਬਈ ਪੁਆਇੰਟਾਂ 'ਤੇ ਜਿਹੜੀ ਡਿਊਟੀ ਆ ਦੀਪਾ ਸਾਹਾਪੱਤੀ ਵਾਲਾ ਜੇ ਕਿਤੇ ਆਇਆ ਤਾਂ ਉਹ ਮੈਨੂੰ ਰਿਪੋਰਟ ਕਰੇ ਬਈ ਉਹ ਦੀਪਾ ਸਾਹਾਪੱਤੀ ਵਾਲਾ ਜਿੱਥੇ ਕਿਤੇ ਮੇਰੀ ਆਵਾਜ਼ ਸੁਣਦਾ ਮੈਨੂੰ ਰਿਪੋਰਟ ਕਰੇ। ਚਾਹ ਦੀ ਦੇਖ ਰੇਖ 'ਤੇ ਡਿਊਟੀ ਭਿੰਦਰ ਫੌਜੀ ਸਾਹਿਬ ਅਤੇ ਸੁਖਦੇਵ ਸਿੰਘ ਜੀ ਚਾਹ ਦੀ ਦੇਖ ਰੇਖ ਰੱਖਣਗੇ ਜੀ ਅਤੇ ਨਾਲੇ ਜੋ ਪ੍ਰਸ਼ਾਦਾ ਪਾਣੀ ਆਉਣਾ ਉਹਦਾ ਵੀ ਖਿਆਲ ਰੱਖਣਾ ਨੇ ਵੀ। ਤੀਸਰੀ ਗੱਲ ਜਿਹੜੀ ਹੈਗੀ ਆ ਟੀਮਾਂ ਪ੍ਰਤੀ ਵੀ ਜਦੋਂ ਅਸੀਂ ਕੋਈ ਟਾਈਮ ਦੇ ਚੇਂਜ ਕਰਾਂਗੇ ਉਹ ਇੱਥੋਂ ਸਟੇਜ 'ਤੇ ਵੀ ਅਸੀਂ ਅਨਾਊਂਸ ਕਰਾਂਗੇ। ਅਗਲੀ ਗੱਲ ਅਸੀਂ ਆਹ ਜਿਹੜੀਆਂ ਟੀਮਾਂ ਹੁਣ ਖੇਡਣੀਆਂ ਅਸੀਂ ਉਹਨਾਂ ਤੋਂ ਸੁਗੰਧ ਖੋਣੀ ਆ ਜੀ। ਆਹ ਟੀਮਾਂ ਨੋਟ ਕਰੋ ਜੀ ਕਲਬ ਵਾਲੇ ਸਰਾਜ ਜਸਵੀਰ ਸਿੰਘ ਜੀ ਨੂੰ ਬੜਾ ਦੱਸ ਦਿਓ ਕਿਉਂਕਿ ਆਮ ਇਹ ਟੂਰਨਾਮੈਂਟ 'ਚ ਵੇਖਿਆ ਜਾਂਦਾ ਕਿ ਮੈਚ ਫਿਕਸਿੰਗ ਹੋ ਜਾਂਦੇ ਹਨ ਪਰੰਤੂ ਇਹ ਛੇਵੇਂ ਪਾਤਸ਼ਾਹ ਦੀ ਧਰਤੀ 'ਤੇ ਜਿਨ੍ਹਾਂ ਨੂੰ ਚੰਨ ਛੋਹ ਪ੍ਰਾਪਤ ਹੈ ਇਸ ਧਰਤੀ ਨੂੰ ਅਸੀਂ ਤੁਹਾਨੂੰ ਇਹ ਵਾਅਦਾ ਦਿੰਦੇ ਹਾਂ ਕਿਸੇ ਵੀ ਖਿਡਾਰੀ ਦੇ ਨਾਲ ਬੇਇਨਸਾਫੀ ਨਹੀਂ ਹੋਊਗੀ। ਅਸੀਂ ਵੀ ਇਸ ਗੱਲ ਦੀ ਸੁਗੰਧ ਖਾਂਦੇ ਹਾਂ ਪਰ ਇੱਕ ਮਿੰਟ ਵੀ ਪਰ ਤੁਹਾਨੂੰ ਵੀ ਸੁਗੰਧ ਖਾਣੀ ਪਊਗੀ ਕਿ ਅਸੀਂ ਮੈਚ ਫਿਕਸਿੰਗ ਨਹੀਂ ਕਰਾਂਗੇ। ਸੋ ਇਹਨਾਂ ਗੱਲਾਂ ਦੀ ਤੁਸੀਂ ਧਿਆਨ ਵਿੱਚ ਰੱਖਦੇ ਹੋਏ ਮੈਂ ਆਸ ਕਰਦਾ ਕਿ ਸਾਡੀਆਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਡੀਆਂ ਆਸਾਂ 'ਤੇ ਪੂਰਾ ਉਤਰੋਗੇ। ਸਾਡੇ ਬਹੁਤ ਸਾਰੇ ਮੌਜੂਦ ਸਾਥੀ ਅਮਨਦੀਪ ਸਿੰਘ ਜੀ ਸਾਡੇ ਮਾਸਟਰ ਜੈਮਲਾਲੇ ਤੋਂ ਗੱਜਰੋਲਾ ਪਿੰਡ ਆ ਮੇਰੇ ਨਾਲ ਵੀ ਕਾਫੀ ਚਿਰ ਇਹਨਾਂ ਨੇ ਕੰਮ ਕੀਤਾ। ਇਹਨਾਂ ਦੇ ਜੀਜਾ ਜੀ ਮਨਜੀਤ ਸਿੰਘ ਜੀ ਸਿਵੀਆ ਉਹ ਵੀ ਮੇਰੇ ਪਨ ਪਿਆਰੇ ਮਿੱਤਰ ਸੀ। ਮੇਰੀ ਗੱਲ ਹੋਈ ਮੈਨੂੰ ਕਹਿੰਦੇ ਅੰਕਲ ਜੀ ਮੈਂ ਵੀ ਤੁਹਾਡੇ ਟੂਰਨਾਮੈਂਟ ਨੂੰ ਪੈਸੇ ਭੇਜਿਆ ਕਰਾਂ। ਮੈਂ ਕਹਿੰਦਾ ਅਸੀਂ ਤਾਂ 15 ਬੰਦੇ ਭਾਲਦੇ ਫਿਰਦੇ ਹਾਂ ਤੇਰੇ ਵਰਗੇ। 11,000 ਪਿਛਲੀ ਵਾਰ ਉਹਨਾਂ ਨੇ ਆਇਆ ਤਿਆਰ ਕੀ ਅਸੀਂ ਵੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਫੋਟੋ ਅਸੀਂ ਲਾ ਦੀ
ਇਹ ਮੈਨੂੰ ਕਹਿੰਦੇ ਵੀ ਸਿਵਿਆ ਸਾਹਿਬ ਦੇ ਪੈਸੇ ਮੈਂ ਕਿਹਾ ਪਹਿਲੀ ਗੱਲ ਤਾਂ ਪੁੱਛਣਾ ਚਾਹੀਦਾ ਸੀ ਮੈਂ ਵੀ ਫੋਨ ਲੈ ਕੇ ਮੈਂ ਜਦੋਂ ਲਾਇਆ ਮੈਂ ਕਿਹਾ ਮਨਜੀਤ ਸਿੰਘ ਸਿਵਿਆ ਸੌਰੀ ਬਈ ਤੂੰ ਆ ਕਿਉਂ ਨਹੀਂ ਰਿਹਾ ਪਹਿਲਾਂ ਤਾਂ ਉਹ ਦੱਸ ਮੈਨੂੰ ਕਹਿੰਦਾ ਅੰਕਲ ਜੀ ਆਉਣਾ ਨਹੀਂ ਤਾਂ ਮੈਂ ਕਿਹਾ ਫੋਟੋ ਤੇਰੀ ਲਾਈ ਪਈ ਬੋਰਡ ਤੇ ਕਹਿੰਦਾ ਪੈਸੇ ਆ ਜਾਣਗੇ ਮੈਨੂੰ ਕਹਿੰਦਾ ਹੁਣੇ ਅਮਨਦੀਪ ਨੂੰ ਫੋਨ ਕਰਦਾ ਉਦੋਂ ਵੀ 50 ਮਿੰਟ 'ਚ ਅਸੀਂ ਜਗਰਾਵਾਂ ਟਰੋਫੀਆਂ ਬਣਾਉਣ ਜਾਂਦੇ ਸੀ ਫੋਨ ਆ ਗਿਆ ਵੀ ਮੇਰੇ ਪੈਸੇ ਜਿਹੜੇ ਮਨਜੀਤ ਸਿੰਘ ਸਿਵਿਆ ਸਾਹਿਬ ਦੇ ਪੈਸੇ ਮੇਰੇ ਕੋਲ ਪਹੁੰਚ ਗਏ ਆ ਧੰਨਵਾਦ ਜੀ ਮੈਂ ਉਹਨਾਂ ਦੀ ਹਾਜ਼ਰੀ ਵੀ ਇੱਥੇ ਲਾਉਣਾ ਅਤੇ ਨਾਲ ਹੀ ਅਮਨਦੀਪ ਸਿੰਘ ਨੂੰ ਜੀ ਆਇਆ ਆਖਦਾ ਆਪਣਾ ਫੋਨ ਲਓ ਜੀ ਇਹਨਾਂ ਦੇ ਉਹ ਇੱਥੇ ਵੀ ਆਈ ਪੀ ਕੈਮਰ 'ਚ ਬਣਾ ਜੀ ਤੁਸੀਂ ਹਾਂਜੀ ਦੋ ਕੁ ਮਿੰਟ ਮੈਂ ਤੁਹਾਡੇ ਕੋਲ ਲੈ ਲਾ ਸਰਦਾਰ ਤੇਜਾ ਸਿੰਘ ਜੀ ਸਦੇਵ ਪੱਤੀ ਵਾਲੇ ਤਸ਼ਰੀਫ ਲੈ ਕੇ ਆਏ ਨੇ ਇਸ ਪਰਿਵਾਰ ਵੱਲੋਂ 10,000 ਰੁਪਏ ਦੀ ਰਾਸ਼ੀ ਪਹੁੰਚੀ ਆ ਮੈਂ ਜੀ ਆਇਆਂ ਆਖਦਾ ਸਰਦਾਰ ਜੁਗਰਾਜ ਸਿੰਘ ਜੀ ਕੈਲਗਰੀ ਵਾਲੇ ਅਤੇ ਸਰਦਾਰ ਜਸਵੀਰ ਸਿੰਘ ਜੀ ਕੈਲਗਰੀ ਵਾਲੇ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ 50,000 ਰੁਪਏ ਦੀ ਰਾਸ਼ੀ ਸਾਡੇ ਸਪੋਰਟਸ ਕਲੱਬ ਨੂੰ ਭੇਜੀ ਆ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਪਰਿਵਾਰ ਜੁੜਿਆ ਹੋਇਆ ਜੀ ਆਇਆਂ ਗੁਰਚਰਨ ਸਿੰਘ ਜੀ ਸੰਘਾ ਜਨਰਲ ਸਟੋਰ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਇਸ ਪਰਿਵਾਰ ਵੱਲੋਂ ਵੀ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਨੂੰ ਵਿੱਚ 10,000 ਰੁਪਏ ਦੀ ਰਾਸ਼ੀ ਆਈ ਆ ਬਹੁਤ ਬਹੁਤ ਧੰਨਵਾਦ ਸਰਦਾਰ ਸ਼ਵਿੰਦਰ ਸਿੰਘ ਜੀ ਫੌਜੀ ਸਾਡੇ ਕਮੇਟੀ ਮੈਂਬਰ ਉਹਨਾਂ ਵੱਲੋਂ 5,000 ਰੁਪਏ ਦੀ ਰਾਸ਼ੀ ਆਈ ਆ ਜੀ ਆਇਆਂ ਜੀ ਸਤਨੇ ਸਿੰਘ ਸਾਬਕਾ ਸਰਪੰਚ ਗੱਜਰਵਾਲਾ ਮੈਂ ਅੱਗੇ ਕੱਲ੍ਹ ਵੀ ਇਹਨਾਂ ਦਾ ਜ਼ਿਕਰ ਕੀਤਾ ਵੀ ਇਹ ਸਾਡੇ ਇੱਕ ਟੂਰਨਾਮੈਂਟ ਦੇ ਇੱਕ ਪਰਿਵਾਰਕ ਮੈਂਬਰ ਹੀ ਰਹੇ ਆ ਬੜੇ ਲੰਬੇ ਸਮੇਂ ਤੋਂ ਉਹ ਵੀ ਇੱਥੇ ਪਹੁੰਚੇ ਨੇ ਜੀ ਆਇਆਂ ਜੀ ਭਾਈ ਪਰਪਕਾਰ ਸਿੰਘ ਜੀ ਅਤੇ ਭਾਈ ਰਾਜਾ ਜੀ ਇਹਨਾਂ ਨੂੰ ਮੈਂ ਜੀ ਆਖਦਾ ਇਸ ਪਰਿਵਾਰ ਵੱਲੋਂ ਵੀ ਹਰਪਾਲ ਸਿੰਘ ਚੇਅਰਮੈਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ 20,000 ਰੁਪਏ ਦੀ ਰਾਸ਼ੀ ਇਸ ਪਰਿਵਾਰ ਵੱਲੋਂ ਆਈ ਆ ਸੂਬੇਦਾਰ ਹਰਬੰਸ ਸਿੰਘ ਜੀ ਉਸਾਹਾ ਪੱਤੇ ਵਾਲੇ ਇਸ ਪਰਿਵਾਰ ਵੱਲੋਂ 10,000 ਰੁਪਏ ਦੀ ਰਾਸ਼ੀ ਆਈ ਆ ਬਲਵੀਰ ਸਿੰਘ ਜੀ US ਵਾਲੇ ਮਹਿੰਦਰ ਸਿੰਘ ਦੇ ਭਾਈ ਅਤੇ ਇੰਦਾ ਜੀ ਇਸ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਗੁਰਦਿਆਲ ਸਿੰਘ ਦੀ ਯਾਦ ਵਿੱਚ 25,000 ਰੁਪਏ ਦੀ ਰਾਸ਼ੀ ਆਈ ਆ ਸਰਦਾਰ ਗੁਰਜੀਤ ਸਿੰਘ ਜੀ ਫੌਜੀ ਭਾਈ ਪੱਤੀ ਵਾਲੇ ਜੀ ਆਇਆਂ ਜੀ ਇਸ ਪਰਿਵਾਰ ਵੱਲੋਂ ਵੀ 25,000 ਰੁਪਏ ਦੀ 5,000 ਰੁਪਏ ਦੀ ਰਾਸ਼ੀ ਆਈ ਆ ਸਰਦਾਰ ਸੁਰਜੀਤ ਸਿੰਘ ਜੀ ਸਰੋਂ ਪਠਾਕਰ ਸਿੰਘ ਜੀ ਭਾਈ ਪੱਤੀ ਵਾਲੇ ਇੰਸਪੈਕਟਰ ਪੰਜਾਬ ਰੋਡਵੇਜ ਮੋਗਾ ਉਸ ਪਰਿਵਾਰ ਵੱਲੋਂ ਵੀ 5,000 ਰੁਪਏ ਦੀ ਰਾਸ਼ੀ ਆਈ ਆ ਉਹਨਾਂ ਦੇ ਦੋਨੇ ਬੇਟੇ ਨਰਿੰਦਰ ਸਿੰਘ ਅਤੇ ਅਮਨਦੀਪ ਸਿੰਘ ਆਸਟ੍ਰੇਲੀਆ ਵਾਲੇ ਉਹਨਾਂ ਨੇ ਬੜੀ ਹੌਸਲਾ ਅਫਜਾਈ ਕੀਤੀ ਆ ਜੀ ਆਇਆਂ ਨੂੰ ਦੋਨਾਂ ਬੇਟਿਆਂ ਨੂੰ ਜੀ ਜਿੰਨੀਆਂ ਵੀ ਮਾਣ ਜੋਸ਼ੀ ਜੋਸ਼ੀ ਇਹਨਾਂ ਨੂੰ ਮੈਂ ਜੀ ਆਇਆਂ ਆਖਦਾ ਹੋਰ ਵੀ ਜੇ ਸਾਥੀ ਮੈਂ ਹੌਲੀ ਹੌਲੀ ਕਿਉਂਕਿ ਮੈਂ ਇੱਧਰ ਮੈਂ ਬਹੁਤ ਰੁੱਝਿਆ ਖਿਮਾ ਚਾਹੁੰਦਾ ਕਈ ਵਾਰੀ ਵੇਖੋ ਇੰਨੇ ਕੱਟ ਦੇ ਵਿੱਚ ਕਈ ਵਾਰੀ ਬੜੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਪਰ ਮਾਫ਼ ਕਰਨ ਵਾਲੀ ਕੌਣ ਹੁੰਦੇ ਸੰਗਤ ਸੋ ਮਾਫ਼ੀ ਪਹਿਲਾਂ ਹੀ ਮੈਂ ਤੁਹਾਡੇ ਤੋਂ ਮੰਗ ਲੈਣਾ ਕਈ ਵਾਰੀ ਗਾਹੇ ਬਗਾਏ ਇੱਧਰ ਕੰਮ ਜੇ ਝਰੀਵੇਂ ਹੋਣ ਕਰਕੇ ਕਿਸੇ ਸਾਥੀ ਦਾ ਵੈਸੇ ਤਾਂ ਕੋਸ਼ਿਸ਼ ਕਰਾਂਗੇ ਅਸੀਂ ਜਿੰਨਾ ਮਾਣ ਸਤਿਕਾਰ ਹੋ ਸਕਿਆ ਤੁਹਾਡਾ ਕਰਾਂਗੇ ਇੱਕ ਗੱਲ ਆ ਇੱਕ ਵਾਰੀ ਪੈਸੇ ਮੰਗਣੇ ਬੜੇ ਸੌਖੇ ਆ ਮਿੱਤਰੋ ਹਰੇਕ ਸਾਲ ਅਗਲਾ 14 ਦਾ ਫੇਰ ਆ ਗਿਆ ਇੰਨੇ ਪੈਸੇ ਭੇਜੋ ਤੋਂ ਲੈਣੇ ਆ ਸਾਡਾ ਇਹ ਚਿੱਤ ਕਰਦਾ ਸਾਡਾ ਜੀ ਕਰਦਾ 100 ਲੈ ਲਓ ਲਈ ਕਿੰਨਾ ਵੀ ਤੁਹਾਡਾ ਮਾਂ ਸਰਕਾਰ ਕੀਤਾ ਜਾਵੇ ਥੋੜ੍ਹਾ ਅਸੀਂ ਤਾਂ ਮੰਗਦੇ ਹਰੇਕ ਸਾਲ ਫੇਰ ਖੜੇ ਆ ਉਹ 25-25 ਸਾਲਾਂ ਤੋਂ ਜੇ ਗੁਣਾ ਕਰਕੇ ਵੇਖੀਏ 10-10,000 ਨਾਲ ਕਿੰਨੇ ਲੱਖ 25-25 ਲੱਖ ਤੁਹਾਡਾ 30-30 ਲੱਖ ਤਾਂ ਉਹ ਵੀ ਬਣਿਆ ਪਿਆ ਜੇ ਡਿਪੋਜ਼ਿਟ ਕੀਤਾ ਜਾਂਦਾ ਸਿੰਧ ਬੈਂਕ 'ਚ ਵਿਆਜ ਲਾ ਲਓ ਦੁੱਗਣਾ ਤਿੱਗਣਾ ਚੌਕੜਾ ਹੋ ਜਾਣਾ ਸੀ ਜੀ ਸ਼ਾਬਾਸ਼ ਜੀ ਅੱਜ ਜਗਰਾਜ ਸਿੰਘ ਕਹਿੰਦੇ ਜੀ ਅਸੀਂ ਤਿਆਰ ਹਾਂ ਤੁਸੀਂ ਸਾਡੇ ਦਰ 'ਤੇ ਜਦੋਂ ਖੜ੍ਹਨ ਵਾਲੇ ਬਣੋ ਤੁਹਾਨੂੰ ਜੀ ਆਇਆਂ ਆਖੇ ਜੋ ਧੰਨਵਾਦ ਜੀ ਸਾਰੇ ਮੇਰੇ ਸਾਥੀ ਸੱਜਣਾਂ ਦਾ ਮੈਂ ਜੀ ਆਖਦਾ ਗਿਆਨੀ ਹਰੀ ਸਿੰਘ ਜੀ ਸਾਡੇ ਗੁਰਦੁਆਰਾ ਕਮੇਟੀ ਦੇ ਹਨ ਗੁਰਦੁਆਰਾ ਸਾਹਿਬ ਦੇ ਗ੍ਰਾਂਤੀ ਦੇ ਜੀ ਆਇਆਂ ਜੀ ਇਕਬਾਲ ਸਿੰਘ ਜੀ ਮੁਸਾਫਰ ਸਾਡੇ ਪੁਰਾਣੇ ਕਮੇਟੀ ਮੈਂਬਰ ਬੜੇ ਚਿਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ ਆਇਆਂ ਜੀ ਹੌਲੀ ਹੌਲੀ ਮੈਂ ਹੁਣੇ ਇੱਧਰ ਕਮੈਂਟੇਟਰ ਨੂੰ ਦੇਣਾ ਜੀ ਆਪਣਾ ਮਾਈਕ ਲਾਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਮਾੜੀ ਪਿੰਡ ਦਾ ਸਿਕੰਦਰ ਡੱਗੋ ਰਮਾਣੀ ਦੀ ਤਰਫੋਂ ਵਧਿਆ ਹੋਇਆ ਸ਼ੂਸ਼ਕ ਦੀ ਧਰਤੀ ਦਾ ਬਾਬਾ ਸਾਧੂ ਸਿੰਘ ਜੀ ਬਰਾੜ ਸਾਹਿਬ ਪੱਤੋਵਾਲਾਂ ਦੀ ਪਾਰਖ ਵੱਖ ਦਾ ਪਰਖਿਆ ਹੋਇਆ ਹੀਰਾ ਮੇਰੇ ਵੀਰਿਓ ਨਾਲ ਸੰਤਾ ਤੇ ਚੜ੍ਹਦੀ ਕੰਨੀ ਗਿੱਲ ਨੇ ਮੱਲੀ ਹੈ ਕਿ ਆਹ ਦੇਖਦਾ ਵੀ ਮਾੜੀ ਵਾਲਾ ਸਿਕੰਦਰ ਪੁਆਇੰਟ ਲੈ ਕੇ ਨੌਜਵਾਨ ਗੱਭਰੂ ਵਾਧਾ ਹੋਇਆ ਕਿ ਠੱਠੀ ਕੋਲੇ ਮੌੜ ਸੁਣੀ ਦੇ ਮਾੜੀ ਦੇ ਨਾਲ ਚੀਦਾ ਵਿੱਚ ਕੈਨੇਡਾ ਖੇਡਿਆ ਵਧੀਆ ਨਾਮ ਸਿਕੰਦਰ ਜੀ ਦਾ ਸਿਕੰਦਰ ਨੇ ਪੁਆਇੰਟ ਜੁੜ ਦਿੱਤਾ ਅਮਨ ਜੀ ਇੱਕ ਵਿਸ਼ੇਸ਼ ਸੂਚਨਾ ਜੀ ਆਹ ਜਿਹੜਾ ਸਾਡਾ VIP ਮੇਰੇ ਸੱਜੇ ਪਾਸੇ ਜਿਹੜੇ ਸਾਡੇ ਸਾਥੀ ਬੈਠੇ ਆ ਵੀ ਇੱਕ ਮੇਰੀ ਬੇਨਤੀ ਆ ਵੇਖੋ ਤੁਹਾਡੇ ਵਾਸਤੇ ਜਿਹੜੀਆਂ ਇੱਥੇ ਕੱਢੀਆਂ ਅਕੈਡਮੀਆਂ ਆ ਰਹੀਆਂ 8 ਚੋਟੀ ਦੀਆਂ ਬਹੁਤ ਨਾਂਵਾਰੀ ਖਿਡਾਰੀ ਚਾਹੁੰਦੇ ਜਿਹਨਾਂ ਨੇ ਵਰਲਡ ਕੱਪ ਵਿੱਚ ਧੁਮਾਂ ਪਾਈਆਂ ਬਈ ਆਪਣੇ ਖੇਡ ਮੇਲੇ 'ਚ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਆਹ ਜਿਹੜੀਆਂ ਕੁਰਸੀਆਂ ਸੱਜੇ ਪਾਸੇ ਮੇਰੇ ਲੱਗੀਆਂ ਇਹ ਜਿੰਨਾ ਸਾਥੀਆਂ ਨੇ 5,000 ਰੁਪਏ ਦੇ ਉੱਤੇ ਰਾਸ਼ੀ ਦਿੱਤੀ ਆ ਉਹ ਸਾਡੇ ਕੋਲੋਂ ਬੈਜ ਵੀ ਲੈ ਸਕਦੇ ਆ ਅਸੀਂ ਉਹਨਾਂ ਦੇ ਉਹਨਾਂ ਦਾ ਮਾਣ ਤਾਣ ਕਰਨ ਵਾਸਤੇ ਫੁੱਲ ਸਜਾਏ ਜੀ ਉਹਨਾਂ ਦੇ ਮੋਢਿਆਂ ਦੇ ਸੋ ਇੱਧਰ ਉਹ ਵੀਰ ਬੈ ਸਕਦੇ ਆ ਕਿਰਪਾ ਕਰਕੇ ਕੋਈ ਵੀ ਸਾਥੀ ਜਦੋਂ ਅਸੀਂ ਉੱਥੇ ਉਹਨਾਂ ਨੂੰ ਗਰਾਊਂਡ 'ਚ ਲੈ ਕੇ ਜਾਂਦੇ ਹਾਂ ਉਹਨਾਂ ਦੀਆਂ ਸੀਟਾਂ ਰੋਕਣ ਦੀ ਕੋਸ਼ਿਸ਼ ਨਾ ਕਰੋ ਜੀ
मैं जी आखदा स्वर्गवासी सरदार मगर सिंह जी बराड़ उन्होंने परिवार वालों 5000 रुपये की राशि सरदार मगर सिंह की याद में सानू आई है। जीता सिंह बराड़ बलविंदर सिंह बराड़ उन्होंने दोनों बेटे पहुंचे ने जी आए जी बहुत बहुत अगले शख्सियतों बारे मैं होर थोनू पुचर भी साडा छोटा नाम है जानता नहीं के अपना आगरे तो यह भी मेला वेखण लई वेखो उत्थों पहुंचा आपका काम कार छड़ के जी आया भी छोटे वीर लोपो की टीम नूं मैं बेनती करा नंगल की टीम पहुंची हुई है लोपो वाले खिडारी आ जाण उस तो बाद खेडणगे शूशक ते अचरवाल चढ़दी कन्नी शरने ने मल्ली है नाल दूजे पासे सेवक चार जाफी मुंडे फरीदकोटी डगोर माने वाले ते छे वरे कनेडा ते गुजारन तो बाद मेरे वीरो सरदार मलकीत सिंह दा पुत इंदगढ़ की धरती का रेशम कबड्डी पा रहा है खेड मैदान कदे चंबे वाले रेशम दी गल्लां हुंदियां ते डगो वाले सतनाम का छोटा वीर मेरे वीरो शरना कोशिश करता है डकण की दर्शक वीर ताड़ियां मार दो एक बारी लखा जा पॉइंट रेशम ने अपनी टीम के हिस्से जोड़ दिता है अगली कबड्डी बापू नर सिंह के पोते की एक बई होर साडे वालों सूचना है कि सरपंच साहिबान जिन्हें भी इतने आए ने वो सानू जान पछाण दे के असीं उन्होंने चेहरे ते बिठा सकते हैं थोनों कोई भी सिक्योरिटी वाले जां पुलिस वाला नहीं कुछ कहेगा तुसीं घबराउण की लोड़ नहीं जी सानू आपकी जान पछाण दे के अपना पछाण पत्र विखा के खास करके पछाण पत्र जरूरी आ असीं जे जानते सानू पता ही आ नहीं पछाण पत्र होना जरूरी आ जी धर्मेंद्र वीर टी शर्टा बाहर लाउणी असीं पॉइंट कटांगे रेडर बॉक्सां च खड़न सिकंदर बॉक्सां च वीरे रेडर बॉक्सां च खड़न सतनाम पुलिस कर्मचारियों मेरी बेनती भी मित्रों आ जड़े बेटे बेटे नवे भर्ती हो या स्वस्थ नहीं होना पता ही थोड़ी अज चाल वेखनी है क्योंकि जी थोड़ी अज चाल है ना तो चलो मेरे अर्गे बुढ़े हो जो थोड़ी चाल जमें खत्म हो जानी पुत और जेडे सामने वेखो आ हुणे जंगले करार सारी पड़ते इन्होंने तुम तुर फिर के थोनू मेला कंट्रोल करना तो सद्या पुत्रो इतने गरेवाल साहब भी आ जाने सुरजीत सिंह मैं उन्होंने बेनती की सानू पहले सुस्त नहीं चाहिए थोड़ी अच्छे चाल वेखनी तो नाल मैं थोड़ी सरत करनी है जे वधिया मेला कंट्रोल च किया थोनू ट्रॉफिया दे के तोरांगे लई साडे जिहड़े मोगे सदर की जिहड़ी फोर्स आ बहुत ही कमाल दी आ जी बड़ा इहनां दा वधिया काम आ चल भी गभरूआ माड़ी पिंड दा सिकंदर मास्टर दविंदर सिंह जी भेखे उन्हां दी टीम लई सुख घाली उन्हां दी टीम लई खेडदा मेरे वीर पंजाब दे कबड्डी कप्पां ते आजाद कबड्डी क्लब घल कलां दे लई लाओ इंदगढ़ दी धरती ते रेशम दी कबड्डी पैंदी है ते दुनिया वेंदी है मेरे वीरियो के करने खुराकां उत्ते खुले खर्चे एवें नहीं योधे आए होंदे चर्चे चुंगणियां बूरियां बदाम चबणे डौलिया ने जिमना शिंगार बनना पैंदी है जवाइयां वांगू जान सांभणी ते सौखा नहीं कबड्डी दा स्टार बनना सौखा नहीं कबड्डी दा स्टार बनना। हाँ जी इस मैच तो मगरों कमेंटरी वाले मैच ते बेअंत सिंह जी बघेले वाला ते उस तो मगरों सलेरी साहब तैयार हैं जी लाओ सामने बापू नर सिंह का पोता मेरे वीर डगोर माने की धरती का सतनाम सिंह कबड्डी पा रहा है चढ़ती कनी गिल दी दूजे पासे संता ते शूशक वाले बाबे की छाती च टच वज चुके हैं पॉइंट डगो वाले सतनाम ने अपनी टीम के हिस्से जोड़ दिता है अगली कबड्डी सरदार मोहन सिंह का पुत इंदगढ़ की धरती का निंदर अंगला मेरे वीर कनेडा खेडे अलबर्टो फेडरेशन लाओ सामने बद के गभरू कहिंदे भी इंदगढ़िया बगीचा ते मेरे वीर इंदगढ़िया निंदर चाचे ताए दे पुत ने लो सरदार मोहन सिंह दा पुत मेरे वीरो निंदर इंदगढ़ दी धरती दा साडा वीर अवतार बराड़ लंघियाणा हांगकांग विशेष तौर ते आ चुका है उस वीर नूं भी जिया है कहने हैं मोस्ट वेलकम सलामे मुहब्बत जिन्हें भी कदम तुसी चल के आए हो साडे सिर मत्थे ते सतनाम सिंह जी सरपंच गजन वाला लो माड़ी पिंड दा सिकंदर कबड्डी पा रहा है खेडां विचों खेड कबड्डी शान पंजाबियां दी इहदे विच वसदी यारो जान पंजाबियों की खेड मैदान डगोर माने वाले सतनाम लिए 100 रुपया साडे सरपंच साहब सतनाम सिंह जी गजन वाले वाले दे रहे ने लाओ बाबा शूशक का सिकंदर माड़ी का पॉइंट रेडर का पॉइंट डगोर माने की टीम का भाई साहब भाई परोपकार सिंह जी समुची टीम लिए डगोर माने की लिए 100 रुपया देंगे ने लाओ सामने पॉइंट जेड़ा देखते भी कि हक के होना है सरदार मलकीत सिंह का पुत अगली कबड्डी पाउण दे लई रेशम इंदगढ़ की धरती का वाधा होया खेड मैदान वध के पई हुई कबड्डी चार जाफिया दे विचों देखांगे कौन गभरू लावेगा वध के जफा फैसला लंघिया ने पिंड दे गुरजीत ने करना है लै वीर अवतार सिंह तक इस कबड्डी नूं कली कली कबड्डी पंजाब लाइव वन डॉट कॉम के जरिए जा रही पूरी दुनिया च ते रेशम की कबड्डी पैंदी है ते सेवक डगोर माणे दा
डगुरमाणी का सेवक एंड जफा ला चुके है खेड मैदान दे विच। कोई गल नहीं, प्यार नाल, प्यार नाल मेरे वीर चल भी ला देखते भी फिर सतनाम अगली कबड्डी पाने लिए डगोवाला शूशक वाला बाबा ते नाल गिल ते संता हिंदगढ़ की धरती का मोटिया पट्ट तो बजी खिंच ताड़िया मार दो दर्शक वीर ठोक के मारो ताड़िया। गल समय की होनी है ते पॉइंट रेडर के हिस्से है कि नशियां तो पैंदा परहेज करना आशकी मशूकी तो गुरेज करना जती रह के लाज रखनी लंगोट दी उच्चा सुचा फेर किरदार बनना हिक विच शेर जिनी जान चाहीदी सौखा नहीं कबड्डी का स्टार बनना। सरदार मोहन सिंह का सपुत्र मेरे वीर स्वर्गवासी सरदार सोहन सिंह का सपुत्र इंदगढ़ की धरती का बगीचा दुनिया का स्टार है ते ऐस गभरू की भी दुनिया मुरीद है शरना डगोर माने का जफा ला चुके हैं। वाह ओए नौजवाना पत्तो वाले साधु सिंह जी बराड़ साहब उन्होंने टीम लिए खेडन वाले दोनों वीर लो डगोर माने के शरने ने जफा ला दिता है ते आजाद कबड्डी क्लब कल कलां का वधिया रेडर मेरे वीर मास्टर दविंदर सिंह जी भेखे की भार खोख का परख्या होया हीरा माड़ी पिंड का सिकंदर कबड्डी पा रहा है बाबा शूशक का चारे जाफिया चो देखांगे कौन गभरू वाद लावेगा जफा। गल समय की होनी है लो इंदगढ़ी संते ने खुच पट्टी है ते बंटी डाले वाला नहीं मानता पॉइंट रेडर का मैच समाप्त है मैच समाप्त। डगोर माणा जेतू मनप्रीत नोट करी मेरा वीर डगोर माणा जेतू है लोपो ए वर्सिज नंगल दोनों टीम सेंटर लाइन के उपर आन कपड़े आप अपने बाहर लाने मेरे वीर रेडर बॉक्सा च खड़नगे लोपो ए ते नंगल दी टीम माइक के उपरों बेअंत बघेला जी जिन्हें भी पंजाब के बुलारे पुजे ने दिलबाग गजनवाला नाल गुरचरण सुनेर जी सारे का धन्यवाद। गजनवाले पिंड के दिलबाग नू मेरे पेंडू नू मेरे वीरियो अज शहीद भगत सिंह कबड्डी क्लब एडमिंटन वालों हीरो हांडा मोटरसाइकिल दे के मान दिते जाणगे साढ़े भीर दिलबाग नू भी लख लख वार मुबारकबाद है मेरे वीरियो मेरा पेंडू मेरा वीर दिलबाग गजनवाला उस वीर के भी अज विशेष माण होणगे। लोपो ते नंगल का मैच शुरू होने जा रहा है शूशक ते अचरवाल तैयारी फड़ लैण माइक दे उपरों पंजाब का प्रसिद्ध बुलारा बेअंत बघेले वाला हेलो दाता ते भगत सुर में जौंदे जग रहिंदे ने दुनिया ते लगदे मेले लोकी नौ लैंदे ने इतिहासक नगर मेरे वीरियो 40वें साल का यह सालाना खेड मेला देखते भी मुकाबला नंगल ते लोपो दीआं टीमां दे दरमियान अठ चोटी दीआं अकैडमिया दे अज तुसीं चोटी दे प्लेयरां दे जौर देखोगे। लोपो दी टीम है पिंड वाली साइड और मुकाबला खेड ग्राउंड दे विच शुरू करवाया जा रहा है नंगल वर्सज लोपो दोहों टीमां दे दरमियान। बहुत बहुत धन्यवाद साढ़े सारे ही प्रबंधक वीरां दा साहिब श्री गुरु हरगोबिंद साहिब स्पोर्ट्स क्लब मास्टर गुरमेल सिंह जी और समुची सारी इन्हां दी स्पोर्ट्स क्लब दे मैंबर साहिबान जिन्हां दीआं बड़ियां मेहनत मुशक्तां दे नाल अज चौथे दिन का अखीरला दिन मेरे वीरियो लोपो वर्सज नंगल दे दरमियान देखते भी हिंद पाकिस्तान की जंग वर्गा जिहड़ा मुकाबला तुहानूं देखण नूं मिलेगा खेडां विचों खेड कबड्डी शान पंजाबियां दी इस विच ही वसदी लोको जान पंजाबियां दी विच मैदान ते भिणना हुंदा है कम दलेरां दा खेड कबड्डी खेडना शौक पंजाबी शेरां दा समुचे क्लब की तरफों सारे पहुंचे दर्शक वीरां दा और दानी सज्जनां दा जिन्हां दी वड्डी देन है मानयोग शशि तां स्टेज ते विराजमान ने कोटन कोट धन्नवाद जी होयां सब लई मोस्ट वेलकम। लाओ लोपो दी टीम है पिंड वाले पासे नंगल दी टीम है चढ़दे वाली साइड नंगल दी तरफों पहली कबड्डी मत्था टेकिया मुंडे ने हाथ जोड़े हेलो लग्या। हाँ जी सर 100 रुपया डगोर माने दी की खिडारी दा नाम जी के पैसे की बोल दिया। हाँ जी 100 रुपया सतनाम सिंह सरपंच वालों 100 रुपया भाई साहब भाई पत्रकार सिंह वालों डगोर माने दी टीम बहुत बहुत धन्यवाद जी थोड़ा। फिर मैं बेनती करदा कि जिन्ना भी सज्जणा ने टीमां दी हौसला अफजाई करनी है खिडारियों की हौसला अफजाई करनी है वो साढ़े को इत्थे आपका कैश भेजन ते नाल ही कमेंटरी वाले जिहड़े पैसे देने भी सीधे नहीं देने असी कमेंटरी वाले दे मिठे शब्द बोल के उहदी सिफत करांगे ते बेअंत सिंह भी बहुत वधिया शब्द बोलदा अमला गजन वाला कमाल नहीं कराई आउंदा भी गुरचरण सिंह भी बहजा बहजा कराई आउंदा साढ़े नाल बड़े जुड़े चले हुए। चलो हरदीप सिंह गजन वाला
ਕੰਮ ਕੋਕਰੀ ਹੇਰ ਸ਼ੋਸ਼ਕ ਤੇ ਅਚਰਵਾਲ ਇਹ ਟੀਮਾਂ ਤਿਆਰੀ ਖਿੱਚ ਲਓ ਲਓ ਦੇਖਦੇ ਵੀ ਨੰਗਲ ਦੀ ਟੀਮ ਦਾ ਜਾਫੀ ਮੇਰੇ ਵੀਰੋ ਦੂਸਰੇ ਪਾਸ ਲੋਪੋ ਦੀ ਟੀਮ ਦਾ ਗੱਗੀ ਦਾ ਪਿੰਡੂ ਧਾਵੀ ਲੱਗਿਆ ਪੂਰਾ ਜ਼ੋਰ ਦੋਹਾਂ ਖਿਡਾਰੀਆਂ ਦਾ ਲਓ 30 ਸਕਿੰਟਾਂ ਤੇ ਜਾ ਕਾਲੀ ਲਛਮਣ ਦਾ ਫੈਸਲਾ ਵੀ ਪੁਆਇੰਟ ਇਹ ਨੌਜਵਾਨ ਇਸ ਵਕਤ ਨੰਗਲ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਚਰਵਾਲ ਤੇ ਸ਼ੋਸ਼ਕ ਟੀਮਾਂ ਤਿਆਰੀ ਖਿੱਚ ਲਓ ਅਗਲੇ ਮੈਚ ਲਈ ਅਚਰਵਾਲ ਵਰਸਸ ਸ਼ੋਸ਼ਕ ਟੀਮਾਂ ਤਿਆਰੀ ਖਿੱਚ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਮਾਲਾ ਖੁਰਦ ਬਾਈ ਕਲਕਲਾ ਲੰਡੇ ਤੇ ਰਸੂਲਪੁਰ ਇਹ ਵੀ ਟੀਮਾਂ ਤਿਆਰੀ ਦੇ ਵਿੱਚ ਰਹਿਣ ਮੇਰੇ ਵੀਰ ਅਚਰਵਾਲ ਤੇ ਅਗਲਾ ਮੁਕਾਬਲਾ ਸ਼ੁਸ਼ਕ ਦੇ ਦਰਮਿਆਨ ਲਓ ਦੇਖੋ ਕਿਵੇਂ ਦਰਸ਼ਕਾਂ ਤੰਤਾ ਲੱਗੀ ਜਾ ਰਿਹਾ ਹੈ ਸੋ ਮਿਹਰਬਾਨੀ ਕਰਕੇ ਪੁਲਿਸ ਕਰਮਚਾਰੀਓ ਮੇਰੀ ਬੇਨਤੀ ਕਿ ਬਾਹਰਲੇ ਪਾਸੇ ਚੱਕ ਹਾਂਜੀ ਗੁੱਡ ਸ਼ਾਬਾਸ਼ ਵਾਹ ਪੁਲਿਸ ਵਾਲਿਓ ਵੀਰੋ ਨੌਜਵਾਨੋ ਸ਼ਾਬਾਸ਼ ਇਹ ਆ ਜੀ ਸਾਡੇ ਕਲਕਲਾਂ ਸਦਰ ਦੀ ਪੁਲਿਸ ਕਰਮਚਾਰੀਆਂ ਦੀ ਜੋ ਸੁਰੱਖਿਆ ਟੀਮ ਆਈ ਆ ਹੁਣ ਪਤਾ ਲੱਗਦਾ ਵੀ ਥੋੜ੍ਹਾ ਜਿਹਾ ਹਿਲਜੁਲ ਹੋਈ ਕੁਛ ਮਾੜਾ ਜੀ ਸ਼ੋਸ਼ਕ ਤੇ ਅਚਰਵਾਲ ਦੂਸਰੀ ਬੇਨਤੀ ਹੈ ਵੀ ਹਦਾਇਤ ਬਿਆਨ ਸਿੰਘ ਟੀਮਾਂ ਪ੍ਰਤੀ ਕਿਸੇ ਨੇ ਵੀ ਕੋਈ ਚਕਨਾਈ ਵਾਲੀ ਚੀਜ਼ ਨਹੀਂ ਲੱਗੀ ਹੋਣੀ ਚਾਹੀਦੀ ਜੀ ਜਸਵੀਰ ਸਿੰਘ ਮਹਿਣਾ ਜੀ ਉਹਨੂੰ ਚੈੱਕ ਕਰ ਲੈਣਾ ਜੀ ਭਾਈ ਸਾਹਿਬ ਆਪਾਂ ਅਤੇ ਦੂਸਰੀ ਗੱਲ ਤੁਸੀਂ ਇਹ ਨੋਟ 'ਚ ਰੱਖਣੀ ਹੈ ਜਦੋਂ ਟੀਮਾਂ ਦਾ ਮੈਚ ਸ਼ੁਰੂ ਕਰਾਉਣਾ ਉਦੋਂ ਹੀ ਇਹਨਾਂ ਨੂੰ ਪੁਆਇੰਟ ਬਾਰੇ ਸੂਚਿਤ ਕਰ ਲੈਣਾ ਤਾਂ ਕਿ ਕਿਸੇ ਕਿਸਮ ਦੀ ਕੋਈ ਸ਼ੰਕਾ ਰਹਿ ਨਾ ਜਾਵੇ ਸ਼ੋਸ਼ਕ ਵਰਸ ਅਚਰਵਾਲ ਅਗਲੇ ਮੈਚ ਲਈ ਟੀਮਾਂ ਤਿਆਰੀ ਖਿੱਚ ਲੈਣ ਦੋਹਾਂ ਟੀਮਾਂ ਦੇ ਪਲੇਅਰ ਸਾਥੀ ਲਓ ਲੋਪੋ ਵੱਲੋਂ ਫਿਰ ਡੱਕਣ ਦੀ ਕੋਸ਼ਿਸ਼ ਕੀਤੀ ਔਰ ਪੁਆਇੰਟ ਜਿਹੜਾ ਇਸ ਵਕਤ ਇਹ ਨੰਗਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਸ਼ੋਸ਼ਕ ਤੇ ਅਚਰਵਾਲ ਅਗਲੀਆਂ ਟੀਮਾਂ ਇੱਧਰ ਸੱਜੇ ਪਾਸੇ ਲਾਈਨਮੈਨ ਆਪਣਾ ਕੋਈ ਨਜ਼ਰ ਨਹੀਂ ਆ ਰਿਹਾ ਜਸਵੀਰ ਸਿੰਘ ਜੀ ਹਾਂਜੀ ਠੀਕ ਹੈ ਦਿਨੇ ਵਾਲੇ ਹੈਗੇ ਠੀਕ ਆ ਸੁਖਦੇਵ ਸਿੰਘ ਜੀ ਤੁਸੀਂ ਸਾਈਡ ਤੇ ਰਹੋ ਨਾ ਇੱਥੇ ਦਾ ਜੱਜਮੈਂਟ ਯਾਰ ਪਲੀਜ਼ ਹੋ ਜਾਣੀ ਆ ਲਾਈਨ ਦਾ ਮਤਲਬ ਆਪਾਂ ਲਾਈਨ ਤੋਂ ਪੈਰਗਾਹ ਪਛਾਣਾ ਹੋ ਜੇ ਮੇਰਾ ਮਤਲਬ ਇਹ ਆ ਸ਼ੋਸ਼ਕ ਤੇ ਅਚਰਵਾਲ ਤੀਸਰੇ ਰਾਊਂਡ ਦਾ ਲਾਸਟ ਮੈਚ ਦੋਹਾਂ ਟੀਮਾਂ ਦੇ ਖਿਡਾਰੀ ਤਿਆਰੀ ਖਿੱਚ ਲੈਣ ਸ਼ੋਸ਼ਕ ਵਰਸਸ ਅਚਰਵਾਲ ਅਗਲੇ ਮੈਚ ਲਈ ਲੋਪੋ ਤੇ ਨੰਗਲ ਦੋਹਾਂ ਟੀਮਾਂ ਦੇ ਦਰਮਿਆਨ ਕਬੱਡੀ ਦੀ ਖੜਕਦੀ ਹੋਈ ਡਾਂਗ ਮੇਰੇ ਵੀਰੋ ਗੁਰਜੀਤ ਸਿੰਘ ਜੀ ਸਾਡੇ ਕਮੇਟੀ ਮੈਂਬਰ ਗੁਰਜੀਤ ਸਿੰਘ ਦੇ ਭਪੂਰ ਇੱਧਰ ਮੇਰੇ ਨਾਲ ਥੋੜ੍ਹਾ ਧਿਆਨ ਦੇਣ ਜੀ ਨੀਟਾ ਇਹ ਭਰਪੂਰ ਸਿੰਘ ਨੀਟਾ ਗੁਰਜੀਤ ਸਿੰਘ ਜਗਰੂਪ ਸਿੰਘ ਤੁਸੀਂ ਆਪਦਾ ਟੇਬਲ ਇੱਧਰ ਕੈਮਰ 'ਚ ਲਵਾ ਲਓ ਪਲੀਜ਼ ਹਾਂ ਉਹ ਮੈਂ ਉਹਨਾਂ ਨੂੰ ਆਪਣੇ ਜਿਹੜੇ ਸੇਵਾਦਾਰ ਉਹ ਨਾਲ ਤਖਤੀ ਲਵਾ ਦਿੰਦੇ ਉਹਨੂੰ ਕਹਿ ਕੇ ਉਹ ਤਖਤੀ ਬੰਦ ਕਰਕੇ ਤੁਸੀਂ ਰੱਖਣੀ ਆ ਸੰਦੀਪ ਸਿੰਘ ਲਵਾ ਦੇ ਪੁੱਤ ਸ਼ੋਸ਼ਕ ਤੇ ਅਚਰਵਾਲ ਦੀਆਂ ਟੀਮਾਂ ਦਾ ਜਿਹੜਾ ਅਗਲਾ ਮੁਕਾਬਲਾ ਖਿਡਾਇਆ ਜਾਵੇਗਾ ਪਿੰਡਰ ਵਰਸ ਲੰਡੇ ਇਹ ਵੀ ਦੋਹਾਂ ਟੀਮਾਂ ਆਪਣੀਆਂ ਗੱਡੀਆਂ ਕੋਲ ਲੰਗੋਟੇ ਕੱਸ ਲੈਣ ਪਿੰਡਰ ਵਰਸ ਲੰਡੇ ਚੌਥੇ ਰਾਊਂਡ ਦਾ ਪਹਿਲਾ ਮੈਚ ਹਾਂਜੀ ਸਰ 5000 ਰੁਪਏ ਦੀ ਰਾਸ਼ੀ ਸਰਦਾਰ ਬੱਜਰ ਸਿੰਘ ਜੀ ਭੰਡੇਰ ਸੋਸਣ ਵਾਲੇ ਸਰਦਾਰ ਬਲਵੀਰ ਸਿੰਘ ਦੇ ਕਮਾਲਪੱਤੀ ਵਾਲੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵੱਲੋਂ ਸਾਡੇ ਸਪੋਰਟ ਕਲੱਬ ਨੂੰ 5000 ਰੁਪਏ ਦੀ ਰਾਸ਼ੀ ਆਈ ਹੈ ਮੈਂ ਸਰਦਾਰ ਬਚਨ ਸਿੰਘ ਜੀ ਭੰਦੇਰ ਹੋਣਾ ਦਾ ਜੋ ਕੈਨੇਡਾ 'ਚੋਂ ਆਏ ਨੇ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਨਾਲ ਬਲਵੀਰ ਸਿੰਘ ਜੀ ਕਮਾਲਪੱਤੀ ਵਾਲਾ ਦਾ ਵੀ ਉਹਨਾਂ ਧੰਨਵਾਦ ਕਰਦਾ ਧੰਨਵਾਦ ਕਰਦਾ ਜੀ ਮੈਂ ਮੇਰੇ ਮਿੱਤਰ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਵੀ ਆਏ ਨੇ ਕੱਲ੍ਹ ਪਤਾ ਨਹੀਂ ਹੋਰ ਜੇ ਮੇਰੇ ਜੀ ਆਇਆਂ ਜੀ ਸਰਪੰਚ ਸਾਹਿਬ ਵੈਲਕਮ ਪਿੰਡਰ ਤੇ ਲੰਡੇ ਚੌਥੇ ਗੇੜ ਦਾ ਇਹ ਪਹਿਲਾ ਮੈਚ ਹੋਵੇਗਾ ਇਹ ਵੀ ਦੋਹੋਂ ਪਿੰਡਾਂ ਦੀਆਂ ਟੀਮਾਂ ਬਿਲਕੁਲ ਤਿਆਰ ਰਹਿਣ ਅਚਰਵਾਲ ਤੇ ਸ਼ੁਸ਼ਕ ਵਾਹ ਨੰਗਲ ਦੀ ਟੀਮ ਦਾ ਜਾਫੀ ਨੌਜਵਾਨ ਹਲਕੀ ਜੀ ਕੀਤੀ ਕੋਸ਼ਿਸ਼ ਔਰ ਪੁਆਇੰਟ ਜਿਹੜਾ ਇਹ ਲੋਪੋ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਔਰ ਮੋਮ ਸਪਰੇ ਜਿਹਦੇ ਕੋਲ ਹੈ ਉਹ ਵੀ ਮੇਰੇ ਵੀਰ ਖਿਡਾਰੀਆਂ ਨੂੰ ਜ਼ਰੂਰਤ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹਾਂਜੀ ਹਾਂਜੀ ਜੇ ਪੁੱਤ ਮੜੇ ਤੁਰ ਫਿਰ ਕੇ ਆਏ ਸਾਈਡ ਤੇ ਹੈ ਕਿ ਨਹੀਂ ਹਾਂ ਥੋੜ੍ਹਾ ਜਿਹਾ ਹਾਂ ਕੁਰਸੀ ਵੀ ਥੋੜ੍ਹੀ ਜਿਹਾ ਪਛਾਣ ਲਾ ਲੈਣੀ ਬੰਦਾ ਹੋਰ ਕੋਈ ਬਹਿ ਜਾਣਾ ਇੱਥੇ ਜਦੋਂ ਆਜ ਸਾਈਡ ਤੇ ਰੱਖ ਲਾ ਸਾਈਡ ਤੇ ਰੱਖ ਲਾ ਕੋਈ ਬੈਠੇ ਨਾ ਹੋਰ ਠੀਕ ਆ ਹਾਂ ਦੇਖੋ ਵੀ ਇੱਧਰ ਕਿਹੜੀ ਕਿਹੜੇ ਟੀਮਾਂ ਦੇ ਮੈਚ ਆ ਜੀ ਨੰਗਲ ਤੇ ਲੋਪੋ ਇਹਨਾਂ ਦੋਹੋਂ ਟੀਮਾਂ ਦਾ ਜਿਹੜਾ ਮੈਚ ਖੇਡ ਗਰਾਊਂਡ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਹੈ ਅਚਰਵਾਲ ਤੇ ਸ਼ੁਸ਼ਕ ਦੀਆਂ ਟੀਮਾਂ ਤਿਆਰੀ ਖਿੱਚ ਲੈਣ ਵਿਸ਼ੇਸ਼ ਤੌਰ ਤੇ ਧੰਨਵਾਦ ਪਾਤਸ਼ਾਹ ਭਾਈ ਪਰਮਕਾਰ ਸਿੰਘ ਜੀ ਬਲਵਿੰਦਰ ਸਿੰਘ ਜੀ ਸਰਪੰਚ
सरदार जुगराज सिंह जी, सतनाम सिंह जी गजरवाला और सारे साडियां मानयोग हस्तियां, इन्हां वीरां दा वड्डा धन्नवाद मेरे वीरो। लाओ